ਸਤਿ ਸ਼੍ਰੀ ਅਕਾਲ ਦੋਸਤੋ, ਸਾਂਝ ਟੀਵੀ ਵੇਖੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਹਰਦੀਪ ਸਿੰਘ ਤੱਗੜ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ 'ਤੇ। ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਵੱਲੋਂ ਪੋਲ ਖੋਲ ਰੈਲੀਆਂ ਦਾ ਕੀਤਾ ਗਿਆ ਆਗਾਜ਼। ਪੰਜਾਬ ਦੀਆਂ 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਜੜਿਆਲਾ ਫਗਵਾੜਾ ਰੋਡ 'ਤੇ ਦਿੱਤਾ ਗਿਆ ਧਰਨਾ। ਅੰਮ੍ਰਿਤਸਰ ਦੇ MP ਗੁਰਜੀਤ ਸਿੰਘ ਔਜਲਾ ਨੇ ਗੁਰੂ ਨਾਨਕ ਦੇਵ ਹਸਪਤਾਲ ਦਾ ਕੀਤਾ ਦੌਰਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਫਗਵਾੜਾ ਦੇ ਵਾਰਡ ਨੰਬਰ 31 ਦੇ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਮੁਸ਼ਕਲ ਨੂੰ ਹੱਲ ਕਰਦੇ ਹੋਏ 50 ਲੱਖ ਦੇ ਕਰੀਬ ਦੀ ਲਾਗਤ ਨਾਲ ਤਿਆਰ ਹੋਈ ਟੈਂਕੀ ਦੀ ਸਪਲਾਈ ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਨੇ ਆਪਣੇ ਕਾਰ ਕੰਮਾਂ ਨਾਲ ਸ਼ੁਰੂ ਕੀਤੀ। ਪਾਣੀ ਦੀਆਂ ਟੈਂਕੀਆਂ ਵੰਡੀਆਂ ਬਣ ਰਹੀਆਂ, ਬਣ ਕੇ ਤਿਆਰ ਹੋ ਗਈਆਂ। ਪਾਣੀ ਦੀ ਸਪਲਾਈ ਦਾ ਕੰਮ ਵੀ ਸ਼ੁਰੂ ਹੋ ਗਿਆ, ਉਹਦੀ ਲੀਕੇਜ ਚੈੱਕ ਕਰ ਰਹੇ ਨੇ, ਬਹੁਤ ਜਲਦੀ ਇਹ ਸ਼ੁਰੂ ਹੋ ਰਿਹਾ। ਇਹਦੇ ਨਾਲ ਹੀ ਜਿੱਥੇ ਜਿੱਥੇ ਪਾਣੀ ਦਾ ਪ੍ਰਬੰਧ ਹੈ, ਜਿੱਥੇ ਕੋਈ ਪਾਈਪਾਂ ਪੈਣ ਵਾਲੀਆਂ, ਉਹ ਵੀ ਬਹੁਤ ਜਲਦੀ ਪਾਤੀਆਂ 'ਤੇ ਜਾਣਗੀਆਂ। ਇਹਦੇ ਨਾਲ 31 ਲੱਖ ਤੋਂ ਵੱਧ ਰਕਮ, 31.5 ਲੱਖ ਰੁਪਇਆ ਸੜਕਾਂ ਲਈ ਇਸ ਵਾਰਡ ਲਈ ਅਸੀਂ ਮਨਜ਼ੂਰ ਕੀਤਾ। 31 ਨੰਬਰ ਵਾਰਡ ਲਈ, ਵਾਰਡ ਨੰਬਰ 31 ਦੇ ਵਿੱਚ ਸਾਡੇ ਮਾਣਯੋਗ ਸ਼੍ਰੀ ਸੋਮ ਪ੍ਰਕਾਸ਼ ਜੀ ਕੈਂਥ, ਇੱਥੋਂ ਦੇ ਵਿਧਾਇਕ ਸਾਹਿਬ ਨੇ ਪਾਣੀ ਵਾਲੀ ਟੈਂਕੀ ਜੋ ਪਹਿਲਾਂ ਉਦਘਾਟਨ ਕੀਤਾ ਸੀ ਉਹ ਬਣਾ ਕੇ ਤਿਆਰ ਕਰ ਦਿੱਤੀ ਗਈ ਹੈ, ਜਿਹਦੇ ਨਾਲ ਅੱਜ ਪਾਣੀ ਜਿਹੜਾ ਸਾਰੇ ਹੀ ਲੋਕਾਂ ਨੂੰ ਜਿਹੜਾ ਪੀਣ ਨੂੰ ਮਿਲ ਰਿਹਾ ਉਹ ਪਾਣੀ ਅੱਜ ਚਾਲੂ ਕਰ ਦਿੱਤਾ, ਜੋ ਕਿ ਪੂਰੀ ਤਰ੍ਹਾਂ ਕੰਪਲੀਟ ਹੋ ਚੁੱਕੀ ਹੈ। ਔਰ ਜੋ ਥੋੜ੍ਹੇ ਬਹੁਤੇ ਕਨੈਕਸ਼ਨ ਰਹਿੰਦੇ ਦੇਣ ਵਾਲੇ ਉਹ ਜਿਹੜੇ ਹੈਗੇ ਕਨੈਕਸ਼ਨ ਦੇਣੇ ਉਹਨਾਂ ਨੇ ਅੱਜ ਤੋਂ ਸ਼ੁਰੂ ਕਰ ਦਿੱਤੇ ਆ, ਜਿਹਦੇ ਨਾਲ ਕਿ ਵਾਰਡ ਦੇ ਸਾਰੇ ਵਾਸੀਆਂ ਨੂੰ ਜਿਹੜਾ ਪਾਣੀ ਪੀਣ ਲਈ ਮਿਲੇਗਾ। ਪੰਜਾਬ ਦੀਆਂ 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ 2 ਘੰਟੇ ਲਈ ਸੜਕੀ ਆਵਾਜਾਈ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਲਾਗੂ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਜਲੰਧਰ ਦੇ ਪਿੰਡ ਸਮਰਾਏ ਜੜਿਆਲਾ ਫਗਵਾੜਾ ਰੋਡ 'ਤੇ ਧਰਨਾ ਦਿੱਤਾ ਗਿਆ। ਪੰਜਾਬ ਦੀਆਂ 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ 2 ਘੰਟੇ ਲਈ ਸੜਕੀ ਆਵਾਜਾਈ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਲਾਗੂ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਜਲੰਧਰ ਦੇ ਪਿੰਡ ਸਮਰਾਏ ਕੋਲ ਜੰਡਿਆਲਾ ਫਗਵਾੜਾ ਰੋਡ 'ਤੇ ਧਰਨਾ ਦਿੱਤਾ ਗਿਆ। ਸੈਂਕੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਵੋਟਾਂ ਤੋਂ ਪਹਿਲਾਂ ਸਰਕਾਰ ਨੇ ਸੌਂ ਖਾ ਕੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਗੱਲ ਕਹੀ ਸੀ, ਪਰ ਸਰਕਾਰ ਆਪਣੇ ਵਾਅਦੇ ਨਾ ਪੂਰੇ ਕਰਕੇ ਜਨਤਾ ਦਾ ਵਿਸ਼ਵਾਸ ਗੁਆ ਬੈਠੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਜਦਕਿ ਇਹ ਸਾਰੀਆਂ ਮੰਗਾਂ ਜਾਇਜ਼ ਨੇ। ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਹਨਾਂ ਦੀ ਮੰਗ ਪੂਰੀ ਕੀਤੀ ਜਾਵੇ, ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਸਮਰਾਵਾਂ ਦੇ ਵਿੱਚ ਜੰਡਿਆਲਾ ਫਗਵਾੜਾ ਰੋਡ 'ਤੇ ਧਰਨਾ ਲਾ ਕੇ ਟ੍ਰੈਫਿਕ ਜਾਮ ਕੀਤੀ ਗਈ ਆ। ਇਹ ਸਾਡਾ ਕੋਈ ਸ਼ੌਕ ਨਹੀਂ ਸੀ, ਜਦੋਂ ਹਾਕਮ ਸਰਕਾਰਾਂ ਜਿਹੜੀਆਂ ਉਹ ਵਾਅਦੇ ਕਰਕੇ ਲੋਕਾਂ ਨਾਲ ਮੁੱਕਰ ਜਾਂਦੀਆਂ ਹੋਣ, ਜਾਂ ਕਰਜ਼ਾ ਮਾਫ਼ੀ ਦਾ ਵਾਅਦਾ ਧਾਰਮਿਕ ਗ੍ਰੰਥਾਂ ਦੇ ਹੱਥ ਰੱਖ ਕੇ ਵੀ ਸਾਖ ਮੁੱਕਰਦੇ ਹੋਣ, ਉਦੋਂ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ ਸਵਾਏ ਧਰਨਿਆਂ ਮੁਜ਼ਾਹਰਿਆਂ ਦੇ। ਅੱਜ ਦਾ ਜਿਹੜਾ ਧਰਨਾ ਆ ਇਹ ਸਿਰਫ ਟੋਕਨ ਸੰਘਰਸ਼ ਆ, ਅਸੀਂ ਆਪਣੀਆਂ ਮੰਗਾਂ ਦੇ ਲਈ ਉਹ ਲੜਦੇ ਰਹਾਂਗੇ। ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਉਹ ਹਜੇ ਤੱਕ ਸਰਕਾਰਾਂ ਨੇ ਲਾਗੂ ਨਹੀਂ ਕੀਤੀ। ਇਹ ਕਹਿ ਦਿੱਤਾ ਗਿਆ ਕਿ ਅਸੀਂ ਜਿਹੜੇ ਆ ਡੇਢੇ ਭਾਅ ਦੇ ਦਿੱਤੇ, ਜਦਕਿ ਕੋਈ ਡੇਢੇ ਭਾਰ ਨਹੀਂ ਦਿੱਤੇ। ਬਹੁਤ ਸਾਰੀਆਂ ਜੈਂਟਸਾਂ ਜਿਨ੍ਹਾਂ ਦੇ ਹਜੇ ਤੱਕ ਕੇਂਦਰ ਨੇ ਭਾਰ ਨਿਸ਼ਚਿਤ ਹੀ ਨਹੀਂ ਕੀਤੇ। ਅਸੀਂ ਅੱਜ ਵੀ ਮੰਗ ਕਰਦੇ ਹਾਂ ਕਿ ਜਿਹੜੇ ਮੋਟਰਾਂ 'ਤੇ ਬਿੱਲ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਆ ਉਹਨੂੰ ਸਰਕਾਰ ਜਿਹੜੀ ਬੰਦ ਕਰੇ। ਕਿਸਾਨ ਤਾਂ ਪਹਿਲੇ ਕਰਜ਼ੇ ਥੱਲੇ ਦੱਬਿਆ ਜਾ ਰਿਹਾ, ਉਹਨਾਂ ਦਾ ਕਰਜ਼ਾ ਜਿਹੜਾ ਹਰ ਤਰ੍ਹਾਂ ਦਾ ਹੀ ਬਿਨਾਂ ਸ਼ਰਤ ਜਿਹੜਾ ਉਹ ਮਾਫ਼ ਕਰੇ। ਅਤੇ ਨਾਲ ਦੀ ਨਾਲ ਅਸੀਂ ਇਹ ਮੰਗ ਕਰਦੇ ਹਾਂ ਜਿਹੜੇ ਅਵਾਰਾ ਪਸ਼ੂ ਲੋਕਾਂ ਦੇ ਫਸਲਾਂ ਦਾ ਅਤੇ ਲੋਕਾਂ ਦਾ ਉਜਾੜਾ ਬਣੇ ਹੋਏ ਆ ਉਹਨਾਂ ਨੂੰ ਸਰਕਾਰ ਕੰਟਰੋਲ ਕਰੇ, ਨਹੀਂ ਤਾਂ ਜਿਹੜਾ ਤਿੱਖਾ ਸੰਘਰਸ਼ ਹੋਰ ਵੀ ਕੀਤਾ ਜਾਊਗਾ। ਜਾਂ ਅਸੈਂਬਲੀ ਦਾ ਇਜਲਾਸ ਹੋਣਾ, 7 ਕਿਸਾਨ ਜਥੇਬੰਦੀਆਂ ਨੇ ਸੱਦਾ ਦੇ ਤਾ, ਅਸੀਂ ਵੱਧ ਚੜ੍ਹ ਕੇ ਚੰਡੀਗੜ੍ਹ ਵੀ ਜਾਵਾਂਗੇ ਅਤੇ ਆਪਣੀਆਂ ਮੰਗਾਂ ਦੇ ਅੰਤ ਤੱਕ ਅਸੀਂ ਲੜਾਈ ਲੜਦੇ ਰਹਾਂਗੇ। ਜੰਡਿਆਲਾ ਮੰਜਕੀ ਤੋਂ ਮੋਹਿਤ ਸ਼ਰਮਾ ਦੀ ਰਿਪੋਰਟ, ਸਾਂਝ ਟੀਵੀ। ਲੁਧਿਆਣਾ ਦੇ ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਗੁਰਮੇਲ ਸਿੰਘ ਜੱਜੀ ਦੇ ਹੱਕ ਵਿੱਚ ਬੋਲਦਿਆਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਾਂਗਰਸ ਦੇ ਉੱਪਰ ਆਰੋਪ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਪੰਜਾਬ ਵਿੱਚ ਆਪਣੀ ਸਰਕਾਰ ਝੂਠ 'ਤੇ ਬਣਾਈ ਹੈ। ਉਹਨਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਕਾਂਗਰਸ ਨੇ ਅਨੇਕਾਂ ਝੂਠ ਬੋਲੇ ਸਨ, ਪਰ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਜਿਵੇਂ ਹੀ ਲੁਧਿਆਣਾ ਨਗਰ ਨਿਗਮਾਂ ਦੀਆਂ ਚੋਣਾਂ ਦੀ ਤਾਰੀਖ ਦਾ ਐਲਾਨ ਹੋਇਆ, ਉਵੇਂ ਹੀ ਸਾਰੀਆਂ ਪਾਰਟੀਆਂ ਨੇ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇੱਕ ਦੂਜੇ ਤੇ ਸਿਆਸੀ ਵਾਰ ਕਰਨੇ ਵੀ ਸ਼ੁਰੂ ਕਰ ਦਿੱਤੇ ਨੇ। ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਗੁਰਮੇਲ ਸਿੰਘ ਜੱਜੀ ਦੇ ਹੱਕ ਵਿੱਚ ਬੋਲਦਿਆਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਾਂਗਰਸ ਦੇ ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਝੂਠ 'ਤੇ ਬਣਾਈ ਹੈ। ਉਹਨਾਂ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਕਾਂਗਰਸ ਨੇ ਅਨੇਕਾਂ ਝੂਠ ਬੋਲੇ ਸਨ, ਪਰ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।
उन्होंने कहा कि इतों के जो कांग्रेस के एम एल ए ने उसके दरे सट्टे के कारोबार ने तो उन्होंने टिकटा पैसे लैके बेचिया सन, जबकि अकाली दल ने साफ सुथरे अक्स वाले और लोगों की सेवा करने वाले उम्मीदवार ही मैदान च उतारे ने। उन्होंने सारे शहर वासियों को अपील की है कि 24 फरवरी वाले दिन अकाली दल भाजपा गठजोड़ वध तो वध वोटा पा के कामयाब बनाओ। झूठ बोल के सरकार बनाई, उन्होंने लिस्ट देखो कितनी बड़ी है, जो उन्होंने वादे किए सी लिस्ट देखो कितनी बड़ी है, हर एक चीज कहता दुगनी तिगनी चौगनी कर देंगे। अज कहते जी साढ़े को पैसे है नहीं, कितों कर दिए, जो वादे किए सी उदों नहीं पता साडा वाइट की है। झूठ दे सहारे अखबारों के पैसे के नाल, क्योंकि इतने जो तुरे फिरते हैं, इतने का कोई एम एल ए जरा कारोबार बहुत बड़ा, कारोबार बहुत बड़ा, कहते जुआ जाए तो चलते ने अड्डे होर दड़े सट्टे से चलते हैं, फिर पैसे तो कमा हो ही जाते। आ हूँ भी मैं सुनया कि मेरे मोबाइल के होना भी आ टिकटा जड़िया कौंसलर दिया ने भी बेचिया उन्होंने, वो भी किसी को किन्ने दी, किसी को जिहड़ा जिन्नी जिन्ना सह सकता उन्ने पैसे तो लैके टिकटा बेच दी है कि भाई कोई वोट गलत ना पा दौ, कोई वोट इधर उधर ना पा दौ, इतने झाड़ू वाले ने भी आना, इतने होर भी बड़े तुरे फिरने जिन्हों का कोई वजूद नहीं, तो आ डुप्लीकेट लोगों ने भी आना, सो आप इन्हों को बचना ते अपने नु पछाणना जिहड़ा साडे वर्गा। ब्यूरो रिपोर्ट सांझ टीवी। अमृतसर के एम पी गुरजीत सिंह ओयला ने अमृतसर के गुरु नानक देव हस्पताल का दौरा किया। ओयला ने दस्सिया कि सरकारी हस्पताल संबंधी उन्होंने काफ़ी शिकायतें मिली हैं कि हस्पताल तो खून बाहर बेचा जाता है और नाल ही डॉक्टर वालों मरीजों तो इलाज के नाते नजायज़ पैसे ले जाते हैं और मरीजों को बिल भी नहीं दिते जाते। गुरजीत सिंह ओयला ने बिजनेस के अधिकारियों लैके हस्पताल की जाँच की। अमृतसर के एम पी गुरजीत सिंह औजला ने अज अमृतसर के गुरु नानक देव हस्पताल का दौरा किया। इस मौके पर पत्रकारों के नाल गलबात करदे उन्होंने दस्सिया कि सरकारी हस्पताल विच जो भी मरीज आते हैं उन्होंने सरकारी दवाइया देने की थान बाहरलिया दुकानों तो दवाइया दित्तियां जांदियां ने, जिस संबंधी उन्होंने काफ़ी शिकायत मिल रही सन, जिस करके हस्पताल विच यह दौरा किया गया है। इस दे नाल ही उन्होंने यह भी कहा है कि डॉक्टर के वलों मरीजों तो इलाज के नाते नजायज़ पैसे ले जाते सन ते मरीजों नू बिल भी नहीं दिता जाता सी। हेल्थ सेवे में उही सारियां कंप्लेंट इतों ही आ रही ने ना, और रोज़ कितने ना कि जो एमरजेंसी वाले ने भी अपन कताइया वरते हैं, जोड़े कुछ डॉक्टर ने वो इस गल से बजेद होए ने कि असी साल्ट नहीं लिखना, असी दवाई अपनी मर्जी ना ही लिखनी है, जिहड़ियां दुकानां दे लगे ने पक्के उन्होंने दुकानों तो दवाई भेजते बंद बहुत ज्यादा कंप्लेंट ने, जिते भी कितने गल करो जिमें जे ऑर्थो देने वो बिच पाउंदे ने इन्हां नूं जिहड़े पार्ट्स पाउंदे ने अंदर प्लेटां जिन्हां नूं कहिंदे ने इम्प्लांट्स, उहदा बिल ही नहीं दिंदे और ना वो बाहर लेके रखते भी किहड़ा इम्प्लांट इत्थे पाया। जे 20,000 रुपया किसी ने खर्चा तो वह फर्ज बनता है कि उस वेले जो 20,000 रुपया को लै लिया वह ऑपरेशन कंप्लीट हो गया तो वो सारी फाइल के देना चाहिए उस वेले फोटो कापी करा के तेरे अंदर आ पार्ट्स पाता है आ कंपनी है तू भलिया मानसा चैक कर लै, क्योंकि वो गरीब बंदा कितने नहीं जा सकता। इस मौके पर औजला ने कहा कि अकाली सरकार मौके हस्पताल के अंदर चल रहे भ्रिष्टाचार हुण उन्हां दी कांग्रेस सरकार पूरी तरह भ्रिष्टाचार रहत करेगी। इस संबंध में हस्पताल के मुखी ने कहा कि हस्पताल विच जो भी मुश्किल पेश आ रही ने उन्हां नूं जल्द हल किया जाएगा और हस्पताल संबंधी जो भी शिकायतें ने उन्हां दी जांच करके दोषियों के खिलाफ सख्त कार्रवाई की जाएगी। इन्वेस्टिगेट करके जो भी मरीजों की सहूलत लिए जे कितें कोई कमी है तो असीं उसनूं दूर करन दी कोशिश करांगे। अमृतसर तो शमशेर सिंह की रिपोर्ट सांझ टीवी। जलालाबाद बल्लूवाना अबोहर ते फाजिलका हलकियां विच श्रोमणी अकाली दल ते बीजेपी वल्लों पोल खोल रैलियां दा आगाज़ कर दिता गया है, जिथे श्रोमणी अकाली दल दे प्रधान सरदार सुखबीर सिंह बादल वल्लों कैप्टन सरकार ते तिखे हमले किए गए। कैप्टन साहब ने दस्तखत करके सौं खा के गुटका साहब भी सौं खा के कहा कि कर्जा मैं सारा दा माफ कर दूंगा, थोड़ा हो गया जी कर्जा। पहला मुख्यमंत्री है हिंदुस्तान सरकार च जिहड़ा 1 साल हो गया एक दिन दफ्तर नहीं गया, अपने एक दिन भी दफ्तर नहीं गया, एक दिन भी पंजाब च नहीं आया, किसी पिंड च नहीं गया, एक दिन भी 1 साल हो गया किसी पिंड च नहीं आया। यह सन अज दियां मुख खबरां, वधेरे जानकारी लॉगिन करो www.saanjhtv.com।